ਸਤਿ ਸ਼੍ਰੀ ਅਕਾਲ ਜੀ ਇੰਸਟਾਗ੍ਰਾਮ ਫੈਮਿਲੀ, ਬਹੁਤ ਟਾਈਮ ਬਾਅਦ ਲਾਈਵ ਅੱਜ, ਅਤੇ ਬਹੁਤ ਪਿਆਰ ਸਤਿਕਾਰ ਸਾਰਿਆਂ ਨੂੰ, ਬਹੁਤ ਜ਼ਿਆਦਾ ਬਹੁਤ ਟਾਈਮ ਬਾਅਦ ਅੱਜ ਲਾਈਵ ਹੋਇਆ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੀ ਜੁੜ ਗਏ, ਹੋਰ ਜੁੜ ਜਾਓ, ਆਈ ਲਵ ਯੂ ਸੋ ਮੱਚ। ਅਤੇ ਬਹੁਤ ਟਾਈਮ ਬਾਅਦ ਅੱਜ ਲਾਈਵ ਅੱਜ ਵੈਸੇ ਹੀ ਜੀ ਕੀਤਾ ਕਿਉਂਕਿ ਬਹੁਤ ਟਾਈਮ ਦੇ ਲਾਈਵ ਨਹੀਂ ਸੀ ਹੋਇਆ, ਲੋਕਡਾਊਨ 'ਚ ਮੇਰੇ ਖਿਆਲ ਲਾਈਵ ਹੋਏ ਸੀਗੇ ਲਾਸਟ, ਅਤੇ ਉਹ ਤੋਂ ਬਾਅਦ ਗਾਣਾ ਵੀ ਆਇਆ ਆਪਣਾ ਮੋਟਰ ਵਾਲਾ ਸੀਨ, ਉਹ ਤੋਂ ਬਾਅਦ ਵੀ ਲਾਈਵ ਨਹੀਂ ਹੋਇਆ ਮੈਂ, ਕਿਉਂਕਿ ਸੋਰੀ ਸੋ ਮੱਚ। ਤੁਹਾਡੇ ਮੈਸੇਜ ਵੀ ਆਉਂਦੇ ਸੀ ਬਟ ਮੈਂ ਹੋ ਨਹੀਂ ਸਕਿਆ। ਆਈ ਲਵ ਯੂ, ਅਤੇ ਤੁਸੀਂ ਸਪੋਰਟ ਕੀਤਾ ਬਹੁਤ ਮੋਟਰ ਵਾਲੇ ਸੀਨ ਨੂੰ, ਬਹੁਤ ਪਿਆਰ ਦਿੱਤਾ। ਮੇਰਾ ਪਹਿਲਾ ਆਪਦਾ ਲਿਖਿਆ ਗਾਣਾ ਸੀਗਾ ਐਂਡ ਤੁਸੀਂ ਸਪੋਰਟ ਕੀਤਾ, ਤੁਸੀਂ ਪਸੰਦ ਕੀਤਾ ਮੈਨੂੰ। ਮੈਂ ਲਿਖਦਾ ਬਹੁਤ ਟਾਈਮ ਦਾ ਸੀਗਾ ਬਟ ਮੈਂ ਗਾਣਾ ਨਹੀਂ ਕੀਤਾ ਕਦੇ ਆਪਦਾ ਲਿਖਿਆ, ਕਿਉਂਕਿ ਮੈਨੂੰ ਹੁੰਦਾ ਸੀ ਵੀ ਛੱਡੋ ਪਰਾਂ ਕੀ ਕਰਨਾ, ਬਟ ਮੈਂ ਹੁਣ ਲੋਕਡਾਊਨ 'ਚ ਸੋਚਿਆ ਕਿ ਮੈਂ ਆਪਾਂ ਨੂੰ ਕਰਨਾ ਚਾਹੀਦਾ ਗਾਣਾ, ਸੋ ਆਇਆ ਗਾਣਾ ਅਤੇ ਤੁਸੀਂ ਪਿਆਰ ਦਿੱਤਾ। ਐਂਡ ਇੱਕ ਹੋਰ ਗਾਣਾ ਆ ਰਿਹਾ ਆਪਣਾ ਲਿਖਿਆ ਆਪਦਾ ਗਾਇਆ, 18 ਜਾਂ 19 ਤਰੀਕ ਨੂੰ ਉਹ ਮੈਂ ਪੋਸਟਰ ਅੱਜ ਕੱਲ੍ਹ ਜਾਂ ਪਰਸੋਂ ਦੇ ਵਿੱਚ ਵਿੱਚ ਆਹ 3 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਕੋਲ ਪੋਸਟਰ ਆ ਜਾਊਗਾ। ਗਾਣਾ ਘੈਂਟ, ਫੁੱਲ ਚੱਕਵਾਂ। ਐਂਡ ਥੈਂਕ ਯੂ ਜੀ ਜਿਹੜੇ ਵੀ ਕਮੈਂਟ ਕਰ ਰਹੇ ਨੇ, ਆਈ ਲਵ ਯੂ ਸੋ ਮੱਚ। ਅਤੇ ਹਾਂਜੀ ਬਨਮੀਤ ਜੀ, ਸਤਿ ਸ਼੍ਰੀ ਅਕਾਲ, ਸੌਂਗ ਸੁਣਾ ਦਿਉ। ਹਾਂ ਮੈਂ ਬਿਲਕੁਲ ਸੁਣਾ ਕੇ ਜਾਊਂਗਾ, ਐਂ ਟੈਨਸ਼ਨ ਨਾ ਲਓ। ਅਤੇ ਆਪਣਾ ਜਿਹੜਾ ਯੂਟਿਊਬ ਚੈਨਲ ਆ ਦੀਪ ਕਰਨ, ਉਹ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਾ ਕੇ ਯੂਟਿਊਬ 'ਤੇ, ਆਪਣਾ ਵੇਰੀਫਾਈਡ ਚੈਨਲ ਆ ਦੀਪ ਕਰਨ, ਅਤੇ ਉਹ 'ਤੇ ਗਾਣਾ ਆਊਗਾ ਜਿਹੜਾ ਆਪਣਾ, ਗਾਣੇ ਦਾ ਨਾਮ ਨਹੀਂ ਮੈਂ ਰਿਵੀਲ ਕਰੂੰਗਾ, ਪੋਸਟਰ ਦੇ ਨਾਲ ਸਾਰੀ ਡਿਟੇਲਸ ਦੇ ਨਾਲ ਮੈਂ ਰਿਵੀਲ ਕਰੂੰਗਾ 1 ਜਾਂ 2 ਦਿਨ, ਅੱਜ ਕੱਲ੍ਹ ਜਾਂ ਪਰਸੋਂ ਆਪਾਂ ਪੋਸਟਰ ਪਾ ਦਾਂਗੇ। ਐਂਡ ਮੇਰੇ ਬਰਥਡੇ 'ਤੇ ਜਾਂ ਇੱਕ ਰਾਤ ਪਹਿਲਾਂ 18 ਨੂੰ ਜਾਂ 19 ਨੂੰ ਗਾਣਾ ਆਜੂਗਾ ਤੁਹਾਡੇ ਕੋਲ, ਅਤੇ ਤੁਸੀਂ ਸੁਣਿਓ। ਐਂਡ ਬਾਕੀ ਪਿਆਰ ਤਾਂ ਤੁਸੀਂ ਦਿੰਦੇ ਹੀ ਹੋ, ਮੈਂ ਹਰ ਵਾਰ ਨਹੀਂ ਕਹਿਣਾ। ਆਈ ਲਵ ਯੂ ਸੋ ਮੱਚ, ਮੇਰਾ ਵੀ ਸੁਣ ਲਓ ਸੌਂਗ ਜ਼ਰੂਰ ਜੀ, ਤੁਸੀਂ ਵੀ ਸੁਣਾਓ ਜੀ, ਤੁਸੀਂ ਵੀ ਭੇਜੋ ਗਾਣੇ, ਆਪਾਂ ਸੁਣ ਲਾਂਗੇ। ਅਤੇ ਸੋ ਮੋਟਰ ਵਾਲਾ ਸੀਨ ਹੈ, ਯਾਰ ਮੀਨ ਹੈ, ਸਾਰੇ ਖਰੇ ਖਰੇ ਵਿੱਚ ਨਿਰੀ ਉਹ ਕਰੀਮ ਹੈ, ਬਿੱਲੋ ਸਾਰੇ ਹਾਈਲੀ ਐਜੂਕੇਟਡ ਜੱਟ ਨਹੀਂ, ਮੁੱਛਾਂ ਵਾਲੇ ਵੱਟ ਨਹੀਂ, ਪੁੱਠੀ ਜਿਹੀ ਮੱਤ ਨਹੀਂ, ਵੇਖ ਵੇਖ ਵੈਰੀਆਂ ਦੇ ਹੁੰਦੇ ਮੂੰਹ ਛੱਟ ਨਹੀਂ, ਪੰਗਾ ਕੋਈ ਲੈਲੇ ਉਹਨੂੰ ਦੰਦੇ ਜੜੋਂ ਪੱਟ ਨਹੀਂ। ਸੋ ਬਹੁਤ ਪਿਆਰ ਦਿੱਤਾ ਤੁਸੀਂ ਗਾਣੇ ਨੂੰ, ਐਂਡ ਆਈ ਲਵ ਯੂ ਸੋ ਮੱਚ, ਰੀਲਸ ਵੀ ਤੁਸੀਂ ਬਣਾਈਆਂ ਵਧੀਆ। ਸਕਾਰਪੀਓ ਗੱਡੀਆਂ ਜੇਬਾਂ ਵਿੱਚ ਡੱਬੀਆਂ, ਕੌੜਾ ਕੋਈ ਝਾਕਦਾ ਤੋੜਦੇ ਨੇ ਹੱਡੀਆਂ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਆਪਾਂ ਇੱਕ ਫਿਰ ਜੋੜ ਲੈਂਦੇ ਹਾਂ ਅੱਜ ਜਿਹੜਾ ਵਿਊਅਰ ਨੇ, ਕੁਛ ਕੋਈ ਵੀ ਜੋੜਦੇ ਹਾਂ ਆਪਾਂ, ਇਹਨੂੰ ਜੋੜੀਏ ਆਪਾਂ। ਵੇਟਿੰਗ ਵੇਟਿੰਗ ਜੀ ਵੇਟਿੰਗ, ਸਟਾਰ ਸ਼ਾਈਨ ਰਾਜ ਜੀ ਕਹਿ ਰਹੇ ਨੇ, ਸੋ ਇਹ ਬਾਈ ਜੀ ਦਾ ਮਿਲਿਆ ਨੀਗਾ, ਗਾਣੇ ਆਪ ਲਿਖਦੇ ਬਰੋ ਤੁਸੀਂ? ਵੀਰੇ ਮੈਂ ਇੱਕ ਗਾਣਾ ਲਿਖਿਆ ਮੋਟਰ ਵਾਲਾ ਸੀਨ, ਅਤੇ ਪਹਿਲਾ ਗਾਣਾ ਮੇਰਾ, ਅਤੇ ਉਹ ਤੁਸੀਂ ਵਧੀਆ ਪਿਆਰ ਦਿੱਤਾ, ਮੈਂ ਹੁਣ ਅੱਗੇ ਹੋਰ ਲਿਖ ਰਿਹਾ ਹਾਂ ਗਾਣੇ। ਗਾਣੇ ਮੈਂ ਲਿਖੇ ਹੋਏ ਆ, ਲਿਖਦਾ ਸੀਗਾ ਮੈਂ 2014 ਤੋਂ ਲਿਖਦਾ ਸੀਗਾ ਗਾਣੇ, ਬਟ ਮੈਨੂੰ ਐਂ ਹੁੰਦਾ ਸੀ ਵੀ ਛੱਡੋ ਵੀ ਕਾਹਨੂੰ ਲਿਖਾਰੀਆਂ ਵਾਲੇ ਪਾਸੇ ਆਉਣਾ ਵੀ, ਬਟ ਬੰਦੇ ਨੂੰ ਮੈਂ ਮੇਰੇ ਹਿਸਾਬ ਨਾਲ ਅੱਜ ਦੀ ਡੇਟ 'ਚ ਜੋ ਸਿੰਗਰ ਨੇ ਉਹਨਾਂ ਨੂੰ ਆਪ ਲਿਖਣਾ ਚਾਹੀਦਾ, ਕਿਉਂਕਿ ਕਈ ਵਾਰ ਜੋ ਥੋਟਸ ਹੁੰਦੇ ਨੇ ਉਹ ਆਪਾਂ ਕਈ ਵਾਰ ਰਾਈਟਰ ਨੂੰ ਨਹੀਂ ਕਹਿ ਸਕਦੇ। ਚਲੋ ਰਾਈਟਰ ਵੀ ਵੀਰ ਭਰਾ ਨੇ ਆਪਣੇ, ਆਪਾਂ ਐਂ ਕਦੇ ਕੋਈ ਫੋਰਮੈਲਿਟੀ ਵਾਲਾ ਸੀ ਉਹ ਨਹੀਂ ਰਿਹਾ, ਮੈਂ ਵੀਰ ਭਰਾਵਾਂ ਦੇ ਗਾਏ ਨੇ ਕਦੇ ਵੀ, ਮੈਂ ਕਦੇ ਐਂ ਸਪੈਸ਼ਲ ਫੋਨ ਕਰਕੇ ਨਹੀਂ ਕਿਹਾ ਕਿ ਬਾਈ ਮੈਂ ਬਾਈ ਮੈਨੂੰ ਗਾਣਾ ਦਿਓ ਜਾਂ ਕੁਛ, ਆਪਣਾ ਉਹ ਸਿਸਟਮ ਨਹੀਂ ਰਿਹਾ। ਵਧੀਆ ਵੀਰ ਭਰਾਵਾਂ ਦੀ ਗਾਏ ਨੇ, ਆਪਾਂ ਰਿਸਪੈਕਟ ਕਰਦੇ ਹਾਂ ਸਾਰੇ ਰਾਈਟਰ ਦੀ, ਬਟ ਅੱਜ ਦੀ ਡੇਟ 'ਚ ਜੇ ਤੁਸੀਂ ਗਾਉਣਾ ਸ਼ੁਰੂ ਕਰ ਰਹੇ ਹਾਂ, ਤੁਸੀਂ ਇੱਕ ਟੈਲੈਂਟ ਤੁਹਾਡੇ ਕੋਲ ਹੋਰ ਐਕਸਟਰਾ ਹੋਣਾ ਚਾਹੀਦਾ, ਜਾਂ ਮਿਊਜ਼ਿਕ ਜਾਂ ਲਿਰਿਸਿਸਟ ਜਾਂ ਕੁਛ ਵੀ, ਜੇ ਤਿੰਨੇ ਕਰਦੇ ਹੋ ਤਾਂ ਬਹੁਤ ਵਧੀਆ, ਜੇ ਵੀਡੀਓ ਵੀ ਆਪ ਬਣਾਓ ਤਾਂ ਉਹ ਵੀ ਬਹੁਤ ਵਧੀਆ। ਅਤੇ ਮੈਂ ਇੱਕ ਇੱਕ ਜੋੜਨ ਦੀ ਕੋਸ਼ਿਸ਼ ਕਰਦਾ ਕਿਸੇ ਨੂੰ, ਹੈਲੋ
ਸਤਿ ਸ੍ਰੀ ਅਕਾਲ ਬਾਜੀ, ਕੀ ਹਾਲ ਚਾਲ? ਆਵਾਜ਼ ਆ ਰਹੀ ਹੈ? ਠੀਕ ਹਾਂਜੀ ਠਾਕ ਹਾਂਜੀ ਜੀ, ਬਾਜੀ, ਠੀਕ ਆ ਰਹੀ ਠਾਕ, ਹੈ, ਤੁਸੀਂ ਦੱਸੋ ਦੱਸੋ ਕੀ ਹਾਲ ਚਾਲ ਜੀ? ਬਾਜੀ ਵਧੀਆ ਵਧੀਆ ਲੱਗੇ ਪਏ ਆ ਭਾਜੀ, ਕੰਮ ਤੇ ਜੇ ਹੀ ਹੈਗੇ ਆ। ਚਲੋ ਚਲੋ, ਵਧੀਆ ਵਧੀਆ ਵਧੀਆ। ਮਿਊਜ਼ਿਕ ਕਰਦੇ ਹੋ? ਹਾਂ ਭਾਜੀ, ਬਸ ਇਦਾਂ ਹੀ ਹੁਣੇ ਹੀ ਕਰ ਰਹੇ ਮਿਊਜ਼ਿਕ ਵੀ ਹੈ, ਤੁਸੀਂ ਦੇਖ ਸਕਦੇ ਹੋ, ਦੇਖੋ ਲੱਗਾ ਪਿਆ ਕੰਮ। ਓਕੇ ਓਕੇ, ਕਿਆ ਹਾਂਜੀ ਬਾਤ ਹੈ, ਕਿਆ ਬਾਤ ਹੈ, ਹਾਂਜੀ ਕਿਆ ਬਾਤ ਹੈ। ਗੋਡ ਬਲੈਸ ਯੂ, ਗੋਡ ਬਲੈਸ ਯੂ। ਹੋਰ ਵਧੀਆ ਜੀ, ਵਧੀਆ, ਤੁਸੀਂ ਦੱਸੋ ਠੀਕ ਠਾਕ? ਕਰੋਨਾ ਤੋਂ ਬਚੇ ਹੋ? ਵਧੀਆ। ਤੁਹਾਡਾ ਗਾਣਾ ਸੁਣਿਆ ਮੈਂ ਭਾਜੀ, ਜਿਹੜਾ ਤੁਸੀਂ ਨਿਆ ਨਿਆ ਆਇਆ ਸੀਗਾ ਗਾਣਾ, ਬੜਾ ਚੰਗਾ ਲੱਗਿਆ ਭਾਜੀ ਮੈਨੂੰ। ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਹਾਂਜੀ। ਕੱਲ ਥੈਂਕ ਯੂ ਸੋ ਮਚ। ਮੈਂ ਤੁਹਾਡੇ ਨਾਲ ਗੱਲ ਚੰਡੀਗੜ੍ਹ ਆਉਣ ਨੂੰ, ਤਾਂ ਮੈਂ ਜਿਹੜੇ ਸ਼ਿਵਜੋਤ ਭਾਜੀ ਆਪਣੇ ਦੇ ਬੌਸ ਭਾਜੀ, ਤੁਸੀਂ ਜਾਣਦੇ ਹੋਗੇ ਬੌਸ ਭਾਜੀ ਨੂੰ? ਵੀਰੇ ਹਾਂਜੀ, ਮਿਊਜ਼ਿਕ ਕਰਦੇ ਨੇ, ਮੈਂ ਨਾਮ ਸੁਣਿਆ ਬਾਈ ਨੂੰ ਪਰ ਮੈਂ ਕਦੇ ਮਿਲਿਆ ਨਹੀਂ ਬਾਈ। ਹਾਂਜੀ ਹਾਂਜੀ, ਤਾਂ ਉਹ ਤੁਹਾਡੀ ਗੱਲ ਕਰ ਰਹੇ ਸੀਗੇ ਕਿ ਤੁਹਾਡੇ ਨਾਲ ਇਹ ਗਾਣਾ ਕਰਨਾ ਹੈਗਾ, ਤਾਂ ਉਹਦੇ ਵਿੱਚ ਮਿਕਸਿੰਗ ਅਸਿਸਟੈਂਟ ਤਾਂ ਮੇਰਾ ਕੰਮ ਹੈਗਾ, ਤਾਂ ਦੇਖਦੇ ਆ ਅੱਛਾ ਹੁਣ ਕੀ ਅੱਛਾ, ਬਣਦਾ ਹੈ। ਹਾਂ ਦੇਖਦੇ ਹੁਣ ਕੀ ਬਣਦਾ ਕੀ ਨਹੀਂ ਬਣਦਾ। ਕੋਈ ਗੱਲ ਨਹੀਂ ਵੀਰੇ, ਬੈਸਟ ਆਫ ਲੱਕ, ਤੇ ਕੋਈ ਨਹੀਂ, ਤੁਸੀਂ ਆ ਜਾਓ, ਆਪਾਂ ਮਿਲਦੇ ਹਾਂ ਚੰਡੀਗੜ੍ਹ, ਨੋ ਪ੍ਰੋਬਲਮ। ਪੱਕਾ ਭਾਜੀ, ਪੱਕਾ, ਸ਼ੋਰ ਹੈ, ਡਨ ਹੈ ਕੰਮ। ਡਨ 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 ਮੇਰਾ ਵੀਰ। ਹੋਰ ਬੜੇ ਓਕੇ ਭਾਜੀ।